ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਆਪਣੀ ਮਨ ਬਿਰਤੀ ਇਕਾਗਰ ਕਰਕੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੋੜੋ, ਗੱਜ ਕੇ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ। ਗੁਰਮੁਖੋ, ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਮੈਂ ਤੁਹਾਡੇ ਸਾਹਮਣੇ ਉਸ ਪ੍ਰੀਤਮ ਦਾ ਜਸ ਕਰਨ ਲੱਗਾ ਹਾਂ। ਗੁਰਬਾਣੀ ਵਿੱਚ ਸ਼ਬਦ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਭੈਰੋਂ ਰਾਗ ਦੇ ਵਿੱਚ ਉਚਾਰਨ ਕੀਤਾ ਔਰ ਫਰਮਾਇਆ ਕਿ ਜਿਹੜੇ ਉਸ ਪ੍ਰੀਤਮ ਦੇ ਉਸ ਸਤਿਗੁਰੂ ਦੇ ਆਸਰੇ ਹੋ ਜਾਂਦੇ ਹਨ ਉਹ ਉਠਤ ਸੁਖੀਆ ਤੇ ਬੈਠਤ ਸੁਖੀਆ ਭਾਉ ਨਾ ਲਾਗੇ ਜਾਂ ਐਸੇ ਬੁਝੀਆ, ਉਹਨਾਂ ਨੂੰ ਭੈ ਨਹੀਂ ਲੱਗਦਾ। ਉਹ ਕਿਉਂ ਕਿ ਬਾਣੀ ਚ ਬਾਰ ਬਾਰ ਲਿਖ ਦਿੱਤਾ ਤੇਰੇ ਸੇਵਕ ਕੋ ਭੈ ਕੁਛ ਨਾਹੀਂ, ਜਮ ਨਹੀਂ ਆਵੇ ਨੇੜੇ, ਜਮ ਨਹੀਂ ਨੇੜੇ ਨਹੀਂ ਆਉਂਦਾ, ਉਹ ਵੀ ਦੂਰੋਂ ਡਰ ਕੇ ਨਮਸਕਾਰ ਕਰਕੇ ਚਲਾ ਜਾਂਦਾ ਹੈ ਤੇ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ। ਮੈਂ ਇਸ ਤੇ ਇੱਕ ਛੋਟੀ ਜਿਹੀ ਵਾਰਤਾ ਤੁਹਾਡੇ ਅੱਗੇ ਅਰਜ਼ ਕਰਨੀ ਹੈ। ਸੰਨ 1947 ਵਿੱਚ ਜਿਸ ਵੇਲੇ ਉਹ ਕਹਿਰ ਵਰਤਿਆ ਪਾਕਿਸਤਾਨ ਬਣਦਾ, ਉਹ ਜਿਸ ਵੇਲੇ ਉਹ ਸੀਨ ਬਣਿਆ, ਜਿਹੜੇ ਸਿਆਣੇ ਸੱਜਣ ਹਨ ਉਹਨਾਂ ਨੂੰ ਪਤਾ ਹੈ ਜਾਂ ਜਿਹੜੇ ਉਸ ਵੇਲੇ ਉਸ ਦੇਸ਼ ਵਿੱਚ ਸਨ ਪੰਜਾਬ 'ਚ ਉਹਨਾਂ ਨੂੰ ਪਤਾ ਹੈ ਕਿ ਕੀ ਘੱਲੂਘਾਰਾ ਵਰਤਿਆ ਸੀ ਔਰ ਕਿਸ ਤਰ੍ਹਾਂ ਜਿਹੜੇ ਭਰਾਵਾਂ ਦੀ ਤਰ੍ਹਾਂ ਰਹਿੰਦੇ ਸੀ, ਸਦੀਆਂ ਤੋਂ ਨਹੀਂ ਬਲਕਿ ਹਜ਼ਾਰਾਂ ਸਾਲਾਂ ਤੋਂ ਜਿਹੜੇ ਰਹਿੰਦੇ ਸੀ ਇਕੱਠੇ, ਉਹਨਾਂ ਦੇ ਇੱਕਦਮ ਮਨ ਬਦਲ ਗਏ ਔਰ ਇੱਕ ਦੂਜੇ ਦੇ ਵੈਰੀ ਬਣ ਗਏ, ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ। ਮੈਨੂੰ ਚੰਗੀ ਤਰ੍ਹਾਂ ਚੇਤਾ ਕਿਉਂਕਿ ਅਸੀਂ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਦਇਆ ਨਾਲ ਮੰਡੀ ਸੀ ਪਰਿਵਾਰ ਸਮੇਤ, ਭਾਵੇਂ ਲੋਕਾਂ ਨੇ ਕਿਹਾ ਕਿ ਨਾਮਧਾਰੀਏ ਉੱਥੇ ਗੁਫਾ ਹੇਠਾਂ ਆ ਕੇ ਮਰ ਗਏ, ਪਰ ਸਾਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹ ਜਿਹੜਾ ਕਹਿੰਦੇ ਹੁਣ ਉਹ ਸਿੱਖ ਪੜ੍ਹਦੇ ਗੁਰੂ ਰਾਮ ਸਿੰਘ ਦੇ ਬਲਹਾਰੇ ਜਿਹਨੇ 14 ਲੋਕ ਤਾਰੇ ਆਪਣੇ ਸਿੱਖਾਂ ਨੂੰ ਰੱਖੂਗਾ ਕੰਢੇ ਲਾ ਕੇ, ਉਹ ਕੰਢੇ ਲਾ ਕੇ ਸਾਨੂੰ ਪਤਾ ਹੀ ਨਹੀਂ ਲੱਗਾ। ਅਸੀਂ ਰੋਜ਼ ਦਿਹਾੜੀ ਕਰਨ ਜਾਂਦੇ ਰਹੇ ਅਤੇ ਰਾਤ ਨੂੰ ਵੀ ਕੀਰਤਨ ਅਤੇ ਸਵੇਰੇ ਵੀ ਆਸਾ ਦੀ ਵਾਰ ਆਨੰਦ ਬਣਿਆ ਰਿਹਾ ਅਤੇ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਸਾਰੇ ਆਪਣੇ ਸੰਗੀਆਂ ਸਾਥੀਆਂ ਸਮੇਤ ਉੱਥੇ ਦਰਸ਼ਨ ਦਿੰਦੇ। ਅਤੇ ਉਹ ਐਸਾ ਇੱਕ ਸੀਨ ਇੱਕ ਦਿਨ ਜਿਸ ਦਿਨ ਕਿ ਜੜ੍ਹਾਂ ਵਾਲੇ ਦੇ ਵਿੱਚ ਬਹੁਤ ਜ਼ੁਲਮ ਹੋਇਆ, ਮਹਾਂਪੁਰਸ਼ ਜਿਹੜੇ ਉਹਨਾਂ ਨੂੰ ਸਭ ਕੁਛ ਦਿਸਦਾ ਕਿ ਕੀ ਜ਼ੁਲਮ ਹੋ ਰਿਹਾ, ਅੱਠ ਪਹਿਰ ਸਤਿਗੁਰੂ ਜੀ ਨੇ ਜਲ ਪਾਣੀ ਨਹੀਂ ਸੀ ਛਕਿਆ, ਇੱਕਦਮ ਸੁੰਨ ਪੱਥਰ ਦੀ ਮੂਰਤ ਤਰ੍ਹਾਂ ਰਹੇ। ਅਤੇ ਬਾਅਦ ਵਿੱਚ ਫਿਰ ਦੱਸਿਆ ਦੂਸਰੇ ਦਿਨ ਕਿ ਜੜ੍ਹਾਂ ਵਾਲੇ ਦੇ ਵਿੱਚ ਕੁਝ ਬੀਬੀਆਂ ਦਾ ਬੇਇੱਜ਼ਤੀ ਕਰਕੇ ਜਲੂਸ ਕੱਢਿਆ ਗਿਆ ਸੀ ਅਤੇ ਮੈਂ ਕਹਿੰਦੇ ਉਸਨੂੰ ਸਹਾਰ ਨਹੀਂ ਸਕਿਆ, ਜੇ ਇੱਦਾਂ ਹੀ ਰਹਿੰਦਾ ਕੁਛ ਚਿਰ ਟਾਈਮ ਤੇ ਸਰੀਰ ਚੱਲ ਜਾਣਾ ਸੀ। ਤੇ ਉਸ ਟਾਈਮ ਦਾ ਸੀਨ ਇੱਕ ਮੈਂ ਮਾੜਾ ਜਿਹਾ ਦੋ ਮੈਨੂੰ ਸ਼ੇਰ ਯਾਦ ਆਏ, ਉਹ ਮੈਂ ਤੁਹਾਡੇ ਅੱਗੇ ਅਰਜ਼ ਕਰਦਾ।
कविता तो मैं काफी लंबी लिखी सी, मैंने दो बंद याद रह गए। उस वेले इसे तरह का ही कुछ सीन सी बनिया, कोई अपना पराया नहीं सी पछाण सकता, मावां ने पुत छड़ के दौड़िया सन अपनिया जाना बचा के, और जे कोई जख्मी हो गया इस तरह के भी सीन आके सानू दसे, उनू पानी का कटोरा रख देना कोल ते बस रब दे हवाले करके आप आ जाते सन। इस तरह का वह भयानक सीन सी। ते उस टाइम दे विच एक संत आत्मा सिंह जी सन खतरे नू तुसी जानदे हो क्योंकि साडी अखबार का ऑडिटर है, उन्हां दा दोस्त उन्हां दा संगी भाई जगीर सिंह जिहड़ा कि चंगी तरह नामधारी भी नहीं, उन्हां दी संगत करके कुछ थोड़ा बहुत सतगुरां नू मत्था टेकदा सी और वह नामधारी नहीं सी। हल्ला गल्ला पिया ते इसे तरह किसी का कोई लड़का रह गया, किसी का कुछ रह गया, ते आ गए पार रावी तो। जदों सतगुरु प्रताप सिंह जी ने अज जो मर्जी कोई कहे, उस वेले किसी संत ने किसी साधु ने किसी फकीर ने किसी औलिया ने यह नहीं सी पेशीन गोई की कि तुसी बाल बच्चा लैके रावी तो पार हो जाओ। ते क्यों कि इत्थे कलूकारा वरतेगा, महापुरशां दे बचन जेड़े ओ जिस तरह गुरु नानक देव जी ने उत्थे सैदपुर बैठिया कहा सी कि इत्थे कुछ होण वाला है, ते एक भाई लालो ओ अपना परिवार लैके बाहर निकलिया सी, ते बाकी ओ पहला मारिया सैदपुर बहुत होई कतलाम, ओ पाणा वरतिया। ते सतगुरु जी ने जदों पहले आख्या सी उदों लोका नहीं सुनिया और बहुतिया ने कहा कि आप ही दराकल हन ते दौड़दे हन, पर सतगुरु जी भूत भविख वर्तमान दे जाणू हुंदे हन। उन्हां दे पास मास्टर तारा सिंह ने फिर अर्ज कीती सी कि महाराज तुसी जो कुछ कहिंदे सी जो कुछ आ सौ साखी च लिखिया वह पूरा वरत रहा है, सो हुण भी असी अजे भी अखां मीटी हुई हैं, अजे भी असी कहने हाँ कि शायद ये जो कुछ होना सी हो गया, जो कुछ लिखिया जिस तरह सतगुरु राम सिंह पातशाह ने दर्शन देने वो समा बनना है। मैं इस नूं बहुता वर्णन नहीं करता, ये भी अपना कुछ परिवार लैके आ गया। तो संत जगीर सिंह जिहड़े जगीर सो होनी सी, इन्हां दी एक भैण का नाम सी जगीर कौर, वह बाकी परिवार लैके आ गई, एक लड़का उन्हां दा उधर रह गया। ये हुण डेरा बाबा नानक आ बैठे हन दरियाओं पार, ते ओ मां हुण वरलाप करदी है जगीर सिंह दी भैण कि जां ते मैं जानी है, चाहे मेरी बेइज्जती हो जाए, चाहे मैं मर जावां, जो मर्जी हो जाए, मैं लड़के नूं इस तरह नहीं जर सकदी कि लड़का उधर रहे, ते नहीं फिर तुसी हिम्मत करो जे मर्द हो ते तुसी हिम्मत करो। इस तरह का काफ़ी आस विच ही उन्हां दा बहसम बहसा होया। अखीर संत आत्मा सोहणा नूं पता लगा इस गल दा, वह कहिंदे पे गल हुण ये है पे बीबी नूं तां किसे सूरत भी नहीं असी ये इजाजत दे सकते पे तू जा के अपने लड़के नूं भाल के लाया, ते हुण तेरे जुम्मे ड्यूटी है ते मैं हाँ तेरा मित्र, ते हुण चलीए। वह कहिंदा है भई तुसी तरन जानदे हो, कहिंदे नहीं जानदे, फिर तुसी सोटा साटा चला लेंदे हो कोई लड़ाई कोई मुकाबला पै ते, कहिंदे मैं तां लिखारी हाँ कवि हाँ, सारी उम्र कविता लिखता रहा, लेख लिखता रहा, गुरु के पातशाह दे मेले देखता रहा, फिर कोई ताकत जां दौड़ सकदे हो, कहिंदे दौड़न जोगा भी वह मदरा जिहा शरीर है, संतां आत्मा सोहणा दा मेरा ख्याल 5 फुट का शरीर है उन्हां दा, ते वह कहिंदे भी जो कुछ है तेरे सामने, फिर कहिंदे तू किस हौसले ते मैनूं यह कही जाना कि आपां चलीए, तू किहड़े हौसले ते मैनूं कहना, वह कहिंदा मैनूं इक्को ही हौसला प्रताप सिंह जी ते माण है ना।
ਕਹਿਣ ਲੱਗੇ ਤੇ ਮੈਨੂੰ ਤੇ ਕੋਈ ਪਾਤਸ਼ਾਹ ਦੇ ਉੱਤੇ ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਹੋ ਹਿੱਕ ਤੂੰ। ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਕਿਸੇ ਹੀ ਜ਼ੋਰ ਹੰਕਾਰ ਬੋਲਣ ਦਾ, ਕਿਸੇ ਹੀ ਜ਼ੋਰ ਦੀਵਾਨ ਮਾਇਆ ਕਾ, ਮੈਂ ਧਰ ਟੇਕ ਅਵਰ ਨਾ ਕਾਈ ਕਰਤੇ, ਤੂੰ ਰਾਖ ਮੈਂ ਨਿਮਾਣੀ। ਮੈਨੂੰ ਤੇ ਰੱਖਣ ਵਾਲਾ ਉਹੋ ਹੀ, ਉਹ ਰੱਖੇ ਰੱਖਣ ਹਾਰ ਆਪ ਵਾਰੇ, ਉਹ ਮੇਰਾ ਪਾਤਸ਼ਾਹ ਹੈ। ਕਹਿੰਦੇ ਫਿਰ ਚੰਗਾ, ਜੇ ਤੇਰਾ ਇਹ ਸਿਦਕ ਹੈ ਤੇ ਚੱਲ। ਫਿਰ ਜਾਂਦੇ ਹੋਏ ਇੱਕ ਲਾਠੀ ਉਹਨਾਂ ਨੂੰ ਦੇਤੀ, ਸਿਰਫ ਪਾਣੀ ਦਾ ਥੋੜਾ ਜਿਹਾ ਦੇਖਣ ਵਾਸਤੇ। ਨੰਘ ਗਏ, ਪਤਾ ਸੀ ਵੀ ਜਿੱਥੋਂ ਦੀ ਪੱਤਣ ਸੀ, ਥੋੜਾ ਪਾਣੀ ਪਤਲਾ ਸੀ। ਨੰਘ ਗਏ ਤੇ ਰਾਤ ਪੈ ਗਈ ਚੰਗੀ। ਉਸ ਪਿੰਡ ਪਹੁੰਚਦਿਆਂ ਨੂੰ, ਚੀਮੇ ਪਿੰਡ ਦਾ ਨਾਂ ਲਿਖਿਆ ਹੈ, ਉਸ ਪਿੰਡ ਪਹੁੰਚਦਿਆਂ ਨੂੰ ਅੱਧੀ ਰਾਤ ਤੋਂ ਉੱਪਰ ਹੋ ਗਿਆ। ਕਰੀਬਨ 2 ਵਜੇ ਜਾ ਕੇ ਉਹਨਾਂ ਦਾ ਬੂਹਾ ਖੜਕਾਇਆ ਤੇ ਉਦੋਂ ਇੱਦਾਂ ਦੇ ਘੱਲੂਘਾਰੇ 'ਚ ਕੌਣ ਬਾਹਰ ਨਿਕਲ ਕੇ ਆਵਾਜ਼ ਦੇਵੇ, ਬੂਹਾ ਖੜਕਾਇਆ। ਉਹ ਕਹਿੰਦੇ ਕੌਣ ਤੂੰ ਇਸ ਵੇਲੇ ਮਿਲਣ ਵਾਲਾ? ਉਹ ਕਹਿੰਦੇ ਤੁਹਾਨੂੰ ਮਿਲਣ ਵਾਲਾ ਤੇ ਤੁਸੀਂ ਬੂਹਾ ਖੋਲੋ। ਬਹੁਤ ਕੋਸ਼ਿਸ਼ ਕਰਨ ਤੇ ਉਹਨਾਂ ਜਿਸ ਵੇਲੇ ਝੀਤ ਵਿੱਚ ਦੀ ਦੇਖਿਆ ਤੇ ਬਾਹਰ ਸਿੰਘ ਖੜੇ 2 ਤੇ ਬੂਹਾ ਖੋਲ ਕੇ ਅੰਦਰ ਨੰਘਾਇਆ, ਬੈਠਾਏ, ਜਲ ਪਾਣੀ ਛਕਾਇਆ ਤੇ ਪੁੱਛਿਆ ਵਰਤਾਂਤ। ਕਹਿੰਦੇ ਵੀ ਆਹ ਚੀਜ਼ ਹੈ। ਉਹ ਕਹਿੰਦੇ ਵੀ ਲੜਕਾ ਤੇ ਇੱਥੇ ਹੀ ਹੈ ਤੇ ਉਹ ਕਹਿੰਦੇ ਬਸ ਜੇ ਲੜਕਾ ਇੱਥੇ ਹੈ ਤੇ ਸਾਡਾ ਕੰਮ ਸਰ ਗਿਆ। ਉਹ ਰਾਤ ਉੱਥੇ ਰਹੇ, ਦੂਸਰਾ ਦਿਨ ਰਹੇ, ਹੁਣ ਇੰਤਜ਼ਾਮ ਕਰਦੇ ਹਨ ਕਿ ਹੁਣ ਚੱਲੀਏ। 2-3 ਸਰੀਰ ਹੋਰ ਨਾਲ ਰਲੇ, ਇਹ ਕਰੀਬਨ 4 ਸਰੀਰ 2 ਤੇ ਲੈਣ ਗਏ, ਇੱਕ ਉਹ ਲੜਕਾ ਤੇ ਇੱਕ ਹੋਰ ਸਰੀਰ, ਇਹ ਤਿਆਰ ਹੋਏ ਆਉਣ ਦੇ ਵਾਸਤੇ। ਰਾਤ ਜਿਸ ਵੇਲੇ ਪੈ ਗਈ ਨਾ, ਫੇਰ ਹਨੇਰਾ ਹੋ ਗਿਆ। ਹੁਣ ਦਿਨੇ ਤਾਂ ਜੇ ਤੁਰਨ ਤੇ ਉਹ ਥਾਂ ਥਾਂ ਗੜਾਸਿਆਂ ਵਾਲੇ ਉਹ ਗੜਾਸੇ ਛਵੀਆਂ ਨੂੰ ਚੜਾਇਓ, ਇਸ ਤਰ੍ਹਾਂ ਫਿਰਦੇ। ਮੈਨੂੰ ਚੇਤਾ ਕਿ ਜਦੋਂ ਹੋਲਾ ਹੋਇਆ ਨਾ, ਸ਼ੇਖੂਪੁਰੇ ਬੇਦਾਦ ਹੋਲਾ ਹੋਇਆ ਅਖੀਰਲਾ ਪਾਕਿਸਤਾਨ 'ਚ, ਉੱਥੋਂ ਭਗਵਾਨ ਸਿੰਘ ਤੇ ਬਲਵੰਤ ਸਿੰਘ ਇਹ ਦੋਨੋਂ ਮੇਰੇ ਵੱਡੇ ਭਾਈ, ਇਹ ਵੀ ਹੋਲਾ ਦੇਖਣ ਗਏ ਹੋਏ। ਜਲੰਧਰ ਜਦ ਆ ਕੇ ਉਤਰੇ ਤੇ ਕਰਫਿਊ ਆਰਡਰ ਲਗਾਇਆ। ਇਹ ਲੈਨੇ ਪੈ ਕੇ ਨਾ ਨਕੋਦਰ ਵਾਲੀ, ਤੇ ਇਹਨਾਂ ਨੇ ਕਿਹਾ ਪਿੰਡ ਦੇ ਲਾਗੇ ਜਾ ਕੇ ਤਾਂ ਲੁਹਾਰਾਂ ਨੂੰ ਚਲੇ ਜਾਵਾਂਗੇ। ਉਹ ਆਪਣੇ ਅੰਦਾਜ਼ੇ ਨਾਲ ਉਤਰੇ ਤੋਂ ਅੱਗੇ ਉਹ ਫੋਲੜੀ ਵਾਲਾ ਪਿੰਡ, ਜਿਹੜਾ ਨਿਰਾ ਮੁਸਲਮਾਨਾਂ ਦਾ ਗੜ, ਉੱਥੋਂ ਜੀ ਉਹਨਾਂ ਨੇ ਛਵੀਆਂ ਚੜਾਈਆਂ ਤੇ ਬਸ ਉਹ ਮਗਰ ਲੱਗ ਪਏ ਇਹਨਾਂ ਦੇ 2-3 ਬੰਦੇ। ਤਾਂ ਹੁਣ ਕਹਿੰਦੇ ਔਖੀ ਵੇਲੇ ਨਾ ਨਾਮ ਬਹੁਤਾ ਚੇਤੇ ਆਉਂਦਾ, ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ। ਤੇ ਇਹਨਾਂ ਨੇ ਮੋਢੇ ਉਹ ਤੇ ਲਟਕਾਇਆ ਹੋਇਆ ਆਪਣਾ ਆਸਣ ਵਾਸਣ ਤੇ ਮਾਲਾ ਹੱਥਾਂ 'ਚ ਫੜੀ ਹੋਈਆਂ, ਐਨ ਸਵਾਸ ਸਵਾਸ ਨਾਮ ਜਪਦੇ ਆਉਣ ਤੇ ਨਾਏ ਸਤਿਗੁਰਾਂ ਨੂੰ ਯਾਦ ਕਰਦੇ ਆਉਣ। ਤੇ ਉਹ ਮਗਰ ਆ ਚੜੇ ਤੇ ਇੱਕ ਸਤਿਗੁਰਾਂ ਨੇ ਪ੍ਰੇਰ ਕੇ ਪਿੰਡ 'ਚੋਂ ਹੀ ਇੱਕ ਬਜ਼ੁਰਗ ਉਹਨਾਂ ਦੇ ਮਗਰ ਲਾ ਦਿੱਤਾ। ਉਹ ਕਹਿੰਦਾ ਉਹ ਇਹ ਤਸਬੀਹ ਫੇਰਦੇ ਜਾਂਦੇ, ਇਹ ਉਹਨਾਂ ਸਿੱਖਾਂ 'ਚੋਂ ਸਿੱਖ ਨਹੀਂ ਗਏ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ, ਤੇ ਇਹਨਾਂ ਨੂੰ ਨਾ ਉਹ ਆਪ ਤਾਜਪੁਰ ਦੀ ਹੱਦ ਦੇ ਵਿੱਚ ਇਹਨਾਂ ਨੂੰ ਦੋਵਾਂ ਨੂੰ ਨਿਗਾ ਕੇ ਤਾਂ ਫੇਰ ਉਹ ਮੁੜਿਆ। ਉਹ ਟਾਈਮ ਐਸਾ ਸੀ ਤੇ ਜਿਸ ਵੇਲੇ ਉੱਥੋਂ ਤੁਰੇ ਹਨੇਰੇ ਚੰਗੇ, ਤਾਂ ਅਜੇ 2 ਕੁ ਮੀਲ ਹੀ ਪਿੰਡੋਂ ਬਾਹਰ ਆਏ ਸੀ ਤਾਂ ਪਿੱਛੋਂ ਘੋੜਿਆਂ ਦੀ ਪੌੜਾਂ ਦਾ ਆਵਾਜ਼ ਆਇਆ, ਭਈ ਘੋੜੀਆਂ ਵਾਲੇ ਕੋਈ ਆ ਰਹੇ ਹਨ। ਇੱਕ ਦੂਜੇ ਨੂੰ ਇਸ਼ਾਰਾ ਕੀਤਾ, ਉਸ ਪਿੰਡ ਦਾ ਲੰਬੜਦਾਰ ਜਿਹੜਾ ਕਿ ਮੁਸਲਮਾਨ ਸੀ, ਉਹ ਉਸ ਨੂੰ ਪਿੰਡ ਦੇ ਲੰਬੜਦਾਰ ਨੂੰ ਨਾਲ ਲਿਆ, ਭਈ ਤੂੰ ਸਾਨੂੰ ਰਾਹ ਥੋੜ੍ਹਾ ਜਿਹਾ ਦੱਸਿਆ, ਆਪਣੇ ਪਿੰਡ ਦੇ ਵਸੀਨੇ ਤੋਂ ਬਾਹਰ ਕੱਢਿਆ ਤੇ ਫਿਰ ਤੂੰ ਮੁੜਿਆ। ਉਹ ਘੋੜੀਆਂ ਦੀ ਟਾਪ ਸੁਣ ਕੇ ਉਹ ਕਹਿੰਦਾ ਉਹਨੂੰ ਪਤਾ ਸੀ ਭਈ ਇਹ ਕੁਛ ਥੋੜ੍ਹੀ ਜਿਹੀ ਗੇਂਗ ਫਿਰਦੀ ਆ ਬਦਮਾਸ਼ਾਂ ਦੀ, ਔਰ ਲੁੱਟਦੇ ਖੋਹਦੇ ਫਿਰਦੇ ਆ, ਭਈ ਇਹ ਉਹ ਬੰਦੇ ਆ ਗਏ, ਤੁਸੀਂ ਇਹ ਝੋਨੇ ਦੇ ਖੇਤ ਸੀਗੇ, ਭਈ ਇਹਨਾਂ 'ਚ ਲੰਮੇ ਪੈ ਜਾਓ। ਪੈ ਗਏ ਲੰਮੇ, ਥੋੜ੍ਹੀ ਥੋੜ੍ਹੀ ਵਿੱਚ ਤੇ 6 ਬੰਦੇ ਤੇ ਇੱਕ ਉਹ ਲੰਬੜਦਾਰ ਤੇ 4 ਜਣੇ, ਇਹ 4-5 ਬੰਦੇ ਪੈ ਗਏ ਲੰਮੇ। ਉਹ ਕੁਦਰਤੀ ਘੋੜੇ ਵਾਲਾ ਘੋੜੀਆਂ ਆਈਆਂ ਤੇ ਉਹ ਇੱਕ ਘੋੜੀ ਵਾਲੇ ਨੇ ਆ ਕੇ ਉੱਥੇ ਜਿੱਥੇ ਲੰਬੜਦਾਰ ਲੰਮਾ ਪਿਆ ਸੀ ਉੱਥੇ ਹੀ ਉਹ ਨਾ ਕਿ ਘੋੜੀ ਖੜੀ ਕੀਤੀ ਤੇ ਉਹਨੇ ਦਬਕਾ ਮਾਰਿਆ, ਕੌਣ ਹੈ? ਉਹ ਕਹਿੰਦਾ ਭਈ ਮੈਂ, ਕਹਿੰਦਾ ਲੰਬੜਦਾਰ, ਮੈਂ ਕਹਿੰਦਾ ਕਿ ਤੂੰ ਇੱਧਰ ਕੀ ਕਰਨਾ ਹੈ ਇਸ ਵੇਲੇ? ਉਹ ਕਹਿੰਦਾ ਵੀ ਮੈਂ ਆਪਣੀ ਫਸਲ ਦਾ ਲੈਵੇਂ ਗੇੜਾ ਮਾਰਨ ਆ ਗਿਆ, ਭਈ ਕੋਈ ਫਸਲ ਨੂੰ ਨਾ ਨੁਕਸਾਨ ਪਹੁੰਚਾਉਂਦਾ ਹੋਵੇ। ਉਦੋਂ ਬਥੇਰਾ ਕੁਛ ਲੋਕਾਂ ਨੇ ਬੜਾ ਕੁਛ ਫੂਕਿਆ ਤੇ ਉਹਨੇ ਉਹਨੂੰ ਪੁੱਛਿਆ ਭਈ ਤੂੰ ਸੱਚ ਦੱਸ, ਤੇਰੇ ਨਾਲ ਹੋਰ ਵੀ ਕੋਈ ਹੈ? ਉਹ ਕਹਿੰਦਾ ਹੋਰ ਮੇਰੇ ਨਾਲ ਕਿਹਨੇ ਇਸ ਵੇਲੇ ਆਉਣਾ, ਮੈਂ ਹੀ ਨਾ ਕਿ ਮੌਤ ਦਾ ਘੇਰਿਆ ਇੱਧਰ ਆ ਗਿਆ ਤੇ ਆ ਤੁਸੀਂ ਤਾਂ ਵਾਕਫ। ਕਹਿੰਦਾ ਨਿਕਲ ਪੈ, ਹੋਰ ਹੁੰਦਾ ਤਾਂ ਮੇਰੇ ਵਾਲੇ ਵੀ ਕਹਿੰਦਾ ਨਾ ਕਿ ਬਿਸਮਿਲ੍ਲਾ, ਕਹਿੰਦਾ ਪੜ੍ਹ ਦੇਣੀ ਸੀ। ਮੁੱਕਦੀ ਗੱਲ, ਉਹਨੂੰ ਕਹਿੰਦੇ ਚੱਲ ਤੁਰ ਫਿਰ ਪਿੰਡ ਨੂੰ। ਉਹਨੇ ਨਹੀਂ ਦੱਸਿਆ ਕਿਸੇ ਦਾ ਪਤਾ, ਉਹਨੂੰ ਲੰਬੜਦਾਰ ਨੂੰ ਲਿਆ ਨਾਲ ਹੀ, ਉਹ ਘੋੜੀਆਂ ਵਾਲੇ ਪਿੰਡ ਨੂੰ ਮੁੜ ਗਏ ਤੇ ਇਹ ਨਾਲ ਹੀ ਥੋੜ੍ਹੀ ਵਿੱਥ ਤੇ ਜਗੀਰ ਸਿਉਂ ਪਿਆ ਸੀ ਤੇ ਉਹ ਸਾਰੀ ਗੱਲਬਾਤ ਉਹਨਾਂ ਦੀ ਸੁਣਦਾ ਰਿਹਾ। ਜਿਸ ਵੇਲੇ ਉਹ ਮਾੜਾ ਜਿਹਾ ਪਿੱਛੇ ਨੂੰ ਮੁੜੇ, ਇਹ ਤਾਂ ਉਸੇ ਵੇਲੇ ਲੰਮੇ ਪੈਂਦੇ ਪੈਂਦੇ ਵੱਟਾਂ ਤੇ ਟੋਏ ਕਿਨਾਰੇ ਕਿਤੇ ਨਾ ਗਏਗਾ, ਸਫ਼ਰ ਕਰਨ ਦਾ ਮੌਕਾ ਮਿਲੇ ਫਿਰ ਪਤਾ ਲੱਗਦਾ ਵੀ ਰਸਤਾ ਕੋਈ ਲੱਭਦਾ ਕਿ ਨਹੀਂ।
ਇੱਕ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਮੇਲਾ ਪਧਾਣੇ ਪਿੰਡ ਗੜ ਪਧਾਣੇ ਤੇ ਉੱਥੇ ਹੁਕਮ ਹੋਇਆ ਭਈ ਵਾਰੇ ਵਾਲਾ ਜਥਾ ਆਵੇ। ਹੁਣ ਅਸੀਂ ਦਿਹਾੜੀਆਂ ਵਾਲੇ ਸਾਰੇ ਦਿਹਾੜੀ ਤਾਂ ਭੰਨੀ ਨਾ ਚਾਹੀਏ, ਦਿਹਾੜੀ ਲਾਈ ਕੰਮ ਤੇ ਸ਼ਾਮ ਨੂੰ ਜੇਜੋਂ ਵਾਲੀ ਜਿਹੜੀ ਗੱਡੀ ਸੀ ਨਾ ਉਹ 6 ਵਜੇ ਚੱਲਦੀ ਉਹਦੇ ਚ ਬੈਠ ਗਏ ਉਹਨੇ ਸਾਨੂੰ ਜੇ ਤੇ ਹੁਣ ਕਹਿੰਦੇ ਉਹ ਕਹਿੰਦਾ ਜਗੀਰ ਸਿੰਘ ਭਈ ਤੁਹਾਡੇ ਚੋਂ ਤਰਨ ਕੋਈ ਨੀ ਜਾਣਦਾ, ਭਈ ਮੈਂ ਤਾਂ ਜਿੱਥੋਂ ਦੀ ਮਰਜ਼ੀ ਦਰਿਆ ਦੇ ਵਿੱਚ ਦੀ ਤਰ ਕੇ ਲੰਘ ਸਕਦਾ, ਹੁਣ ਤੁਹਾਨੂੰ ਮੈਂ ਕਿੱਦਾਂ ਪਾਰ ਲਾਵਾਂ, ਕੋਈ ਲੱਕੜੀ ਜਾਂ ਕੋਈ ਸ਼ਤੀਰੀ ਦਰਿਆ ਚ ਰੂੜੀ ਰਾੜੀ ਆਉਂਦੀ ਕੋਈ ਮਿਲ ਜਾਏ ਤੇ ਫੇਰ ਮੈਂ ਤੁਹਾਨੂੰ ਨਗਾ ਸਕਦਾ। ਤੇ ਉਹ ਕਹਿੰਦੇ ਵੀ ਹੁਣ ਸ਼ਤੀਰੀ ਇੱਥੇ ਕਿੱਥੇ ਮਿਲੇ, ਥੋੜੀ ਥੋੜੀ ਵਿੱਥ ਤੇ ਨਾ ਇਹ ਕੋਕਾਈ ਜਿਹੀ ਦਾ ਸਮਝੋ ਚੱਲ ਜਿਹਾ ਮੱਲਿਆ ਸੀ ਉਹਦੇ ਵਿੱਚ ਲੋਕੇ ਚਿਕੜੀ ਦੇ ਵਿੱਚ ਬੈਠ ਗਿਆ। ਹੁਣ ਨੀਂਦ ਤੁਹਾਨੂੰ ਪਤਾ ਭਈ ਕੱਪੜੇ ਭਿੱਜਿਓ ਚਿਕੜੀ ਦੇ ਵਿੱਚ ਬੈਠੇ ਨੀਂਦ ਆਉਣ ਦਾ ਤਾਂ ਸਵਾਲ ਹੀ ਨਹੀਂ ਸੀ, ਪਰ ਫੇਰ ਵੀ ਥੱਕਿਆਂ ਟੁੱਟਿਆਂ ਨੂੰ ਉਹ ਗੋਡਿਆਂ 'ਚ ਸਿਰ ਪਾ ਕੇ ਬੈਠ ਗਏ ਸਾਰੇ। ਤੇ ਹੁਣ ਸਤਿਗੁਰੂ ਪ੍ਰਤਾਪ ਸਿੰਘ ਦਾ ਧਿਆਨ ਧਰ ਕੇ ਤੇ ਸੰਤ ਆਤਮਾ ਸੋਹਣੀ ਅਰਦਾਸ ਕਰਦੇ ਹਨ, ਕਹਿੰਦੇ ਹਨ ਗਰੀਬ ਨਵਾਜ ਤੁਸੀਂ ਬਾਣੀ ਚ ਉਚਾਰਨ ਕੀਤਾ ਕਿ ਰਾਖਾ ਏਕ ਹਮਾਰਾ ਸਵਾਮੀ, ਮੈਂ ਤੇ ਤੁਹਾਡੀ ਆਸ ਤੇ ਤੁਰਿਆ ਹਾਂ ਤੇ ਤੁਸੀਂ ਬਾਣੀ ਦੇ ਵਿੱਚ ਉਚਾਰਨ ਕੀਤਾ ਚਰਨਾਂ ਦੀ ਖਾਕ ਵਰਗਾ ਨਹੀਂ, ਪਰ ਮੈਂ ਨਾਮ ਤਰੀਕਦਾ ਹਾਂ, ਮੇਰੇ ਗਲ ਚ ਮਾਲਾ ਹੈ, ਮੈਂ ਸਿੱਧੀ ਪੱਗ ਬੰਨਣਾ ਤੇਰਾ ਕਹਾਉਣਾ ਤੇ ਹੁਣ ਇਹ ਲਾਜ ਜਿਸ ਤਰ੍ਹਾਂ ਦ੍ਰੋਪਦੀ ਨੇ ਕਿਹਾ ਸੀ ਨਾ ਕਿ ਲਾਜ ਜਾਏਗੀ ਤੇਰੀ ਮੇਰਾ ਕੀ ਵਿਗੜੇਗਾ, ਤੇ ਹੁਣ ਤੁਸੀਂ ਕਿਰਪਾ ਕਰੋ ਤੇ ਸਤਿਗੁਰੂ ਕਿਉਂ ਕਿ ਸਤਿਗੁਰੂ ਦੇ ਇਸ ਤਰ੍ਹਾਂ ਦੇ ਬਚਨ ਯਾਦ ਕਰ ਕਰਕੇ ਕਹਿੰਦੇ ਹਨ ਆਖਿਆ
ਕਿ ਜਿੱਥੇ ਖੰਡੇ ਲਸ ਲਸੇ ਐਨ ਖੰਡੇ ਲਿਸ਼ਕਦੇ ਹੋਣ ਤੇ ਸਾਂਗਾਂ ਦੀ ਹੋਵੇ ਗਹੀੜ ਐਨ ਵਾੜ ਕੀਤੀ ਹੋਵੇ ਸਾਂਗਾਂ ਦੀ ਸੰਗੀਨਾਂ ਦੀ ਨੇਜ਼ਿਆਂ ਦੀ ਉੱਥੇ ਸਤਿਗੁਰ ਵੇਲੀ ਹੋਏ ਜਿੱਥੇ ਔਖੀ ਬਣਦੀ ਪੀੜ ਜਿੱਥੇ ਇਸ ਤਰ੍ਹਾਂ ਦੀ ਪੀੜ ਬਣਦੀ ਤੇ ਬਾਣੀ ਚ ਮਹਾਰਾਜ ਪਾਤਸ਼ਾਹ ਕਹਿੰਦੇ ਸਕਦੀ ਕੋਈ ਹੱਥ ਨਹੀਂ ਪਕੜਨ ਵਾਲਾ ਉੱਥੇ ਸਤਿਗੁਰ ਬੇਲੀ ਹੋਵੇ ਸਤਿਗੁਰੂ ਜੀ ਨੂੰ ਯਾਦ ਕਰਦੇ ਹਨ ਉਹ ਦੂਸਰੇ ਆਪੋ ਆਪਣੇ ਥਾਈ ਜਿੱਦਾਂ ਮਰਜ਼ੀ ਬੁਲਾਉਂਦੇ ਹੋਣਗੇ ਜਾਂ ਅੱਖ ਲੱਗ ਗਈ ਹੋਊ ਇਹਨਾਂ ਦੀ ਵੀ ਅੱਖ ਲੱਗ ਗਈ ਗੋਡਿਆਂ ਚ ਸਿਰ ਦਿੱਤਾ ਔਰ ਸਤਿਗੁਰਾਂ ਨੂੰ ਯਾਦ ਕਰਦੇ ਨੇ ਗਰੀਬ ਨਿਵਾਜ ਮੈਂ ਤੇ ਤੇਰਾ ਲਿਖਾਰੀ ਸੀ ਅਜੇ ਮੈਂ ਤੇ ਸਾਧ ਸੰਗਤ ਦੀ ਸੇਵਾ ਕਰਨੀ ਹੈ ਤੇ ਮੈਂ ਇੱਧਰ ਮਾਰਿਆ ਜਾਵਾਂਗਾ ਤੇ ਲੋਕ ਕਹਿਣਗੇ ਕਿ ਉਹ ਸਤਿਗੁਰਾਂ ਦਾ ਗਰੀਬੜਾ ਜਾਂ ਸਿੱਖ ਹੁਸਨ ਖਤਰਾ ਉਹ ਉਧਰ ਮਾਰਿਆ ਗਿਆ ਕਿਉਂ ਕਿ ਉਸ ਵੇਲੇ ਵਰਦੀਆਂ ਦੇ ਵਿੱਚ ਤਾਂ ਕੋਈ ਪਤਾ ਨਹੀਂ ਸੀ ਲੱਗਦਾ ਸਤਿਗੁਰੂ ਜੀ ਦਾ ਹਜ਼ੂਰੀ ਜਿਹੜਾ ਹਕੀਮ ਸੀ ਸੰਤ ਦਰਬਾਰ ਸੰਤ ਸਰਦਾਰਾ ਸਿੰਘ ਜੀ ਜਿਹੜੇ ਸਤਿਗੁਰਾਂ ਦੇ ਹਜ਼ੂਰੀ ਹਕੀਮ ਸਨ ਇਹ ਕਿਸੇ ਕਾਰਜ ਚੰਗੇ ਭਲੇ ਆ ਗਏ ਮੁੜ ਕੇ ਇਸੇ ਤਰ੍ਹਾਂ ਇਹ ਵੀ ਵਾਪਸ ਕੁਝ ਲੈਣ ਗਏ ਸਨ ਤ੍ਰਿਗੜੀ ਵਾਲੇ ਸੰਤ ਅਮਰ ਸਿੰਘ ਜੀ ਜਿਹੜੇ ਬੜੇ ਗੁਰਮੁਖ ਸਾਧੂ ਸੀ ਔਰ ਬਹੁਤ ਸੁੰਦਰ ਮਾਲਾ ਬਣਾਉਂਦੇ ਸੀ ਮੈਨੂੰ ਜੇ ਕਿਰਪਾ ਹੋਈ ਨਾ ਮਾਲਾ ਬਣਾਉਣ ਦੀ ਤੇ ਸੰਤ ਅਮਰ ਸਿੰਘ ਜੀ ਤ੍ਰਿਗੜੀ ਵਾਲਿਆਂ ਤੋਂ ਕਿਰਪਾ ਹੋਈ ਮੈਂ ਉਹਨਾਂ ਵੱਲ ਦੇਖ ਕੇ ਮਾਲਾ ਬਣਾਉਣੀ ਸ਼ੁਰੂ ਕੀਤੀ ਔਰ ਢੋਲਕ ਐਸੀ ਸੁੰਦਰ ਵਜਾਉਂਦੇ ਸੀ ਵਾਰੇ ਦੇ ਵਿੱਚ ਵਜਾਉਣੀ ਉਹਨਾਂ ਢੋਲਕ ਬਸ ਫਿਰ ਉਹ ਓਦਾਂ ਦਾ ਅੱਜ ਸਾਨੀ ਨਹੀਂ ਲੱਭਦਾ ਇਹ ਦੋ ਤਿੰਨ ਸਰੀਰ ਉਧਰ ਗਏ ਬਸ ਉਹਨਾਂ ਦੇ ਕਾਬੂ ਆ ਗਏ ਉਧਰ ਅਗਲਿਆਂ ਨੇ ਪਾਰ ਬੁਲਾਏ ਸੋ ਇਹ ਇਸ ਤਰ੍ਹਾਂ ਅਰਜਾਂ ਕਰਦੇ ਦੀ ਅੱਖ ਲੱਗ ਗਈ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਦੇ ਦਰਸ਼ਨ ਹੋਏ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਅਸੀਂ ਜਦੋਂ ਆਪਣੇ ਸੱਚੇ ਹਿਰਦੇ ਨਾਲ ਯਾਦ ਕਰਦੇ ਸਤਿਗੁਰੂ ਦੂਰ ਨਹੀਂ ਹੁੰਦਾ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨਾਂ ਚ ਹੀ ਆਉਂਦਾ ਭਈ ਉਹ ਦੂਰ ਨਹੀਂ ਹੁੰਦਾ ਉੱਥੇ ਹੀ ਹੁੰਦਾ ਉੱਥੋਂ ਹੀ ਪ੍ਰਗਟ ਕੇ ਰੂਪ ਧਾਰ ਕੇ ਸਾਹਮਣੇ ਆ ਜਾਂਦਾ ਤੇ ਦਰਸ਼ਨ ਦਿੱਤੇ ਤੇ ਸੁਪਨੇ ਦੇ ਵਿੱਚ ਦ੍ਰਿਸ਼ਟਾਂਤ ਦੇ ਵਿੱਚ ਮੈਨੂੰ ਘੂਰਿਆ ਕਹਿਣ ਲੱਗੇ ਭਈ ਤੂੰ ਇਹ ਪਾਗਲਪੁਣਾ ਇਹ ਕਿਉਂ ਮੂਰਖਪੁਣਾ ਕੀਤਾ ਤੂੰ ਚੰਗਾ ਭਲਾ ਆ ਚੁੱਕਾ ਸੀ ਤੂੰ ਇੱਧਰ ਕਿਉਂ ਆ ਕੇ ਫਸਿਆ ਤੇ ਮੈਂ ਭੁੱਲ ਮੰਗੀ ਭਈ ਗਰੀਬ ਨਿਵਾਜ ਹੁਣ ਬਖਸ਼ੋ ਭਈ ਮੇਰੀ ਤੇ ਭੁੱਲ ਹੋ ਗਈ ਹੈ ਤੇ ਕਹਿਣ ਲੱਗੇ ਭਈ ਹੁਣ ਘਬਰਾ ਨਾ ਤੇ ਉੱਠ ਤੇਰੇ ਦਸ ਕਰਮਾਂ ਤੇਰੇ ਲੱਗ ਗਈ ਦੋ ਸ਼ਤੀਰੀਆਂ ਨਾ ਕੀ ਲੱਗੀਆਂ ਪਈਆਂ ਆਈਆਂ ਤੇ ਉਹ ਉੱਠ ਕੇ ਦੇਖ ਉਸੇ ਵੇਲੇ ਜਾਗ ਆਈ ਨਾਲ ਦਿਆਂ ਸਾਥੀਆਂ ਨੂੰ ਨਹੀਂ ਜਗਾਇਆ ਪਹਿਲਾਂ ਕਿਹਾ ਭਈ ਸਤਿਗੁਰੂ ਜੀ ਬਚਨ ਕਰ ਗਏ ਹਨ ਪਹਿਲਾਂ ਦੇਖਾਂ ਭਈ ਸੱਚਮੁੱਚ ਹੀ ਦਰਸ਼ਨ ਹੋਏ ਜਾਂ ਕੋਈ ਸੁਪਨਾ ਭੁਲੇਖਾ ਸੀ ਜਿੱਧਰ ਨੂੰ ਸਤਿਗੁਰਾਂ ਇਸ਼ਾਰਾ ਕੀਤਾ ਜਦ ਜਾ ਕੇ ਦੇਖੇ ਤੇ ਦੋ ਸ਼ਤੀਰੀਆਂ ਲੱਗੀ ਹੋਈਆਂ ਔਰ ਪਾਣੀ ਦੇ ਨਾਲ ਹੀ ਕੰਢੇ ਇਹ ਨੀ ਭਈ ਦੂਰੋਂ ਚੱਕ ਕੇ ਲਿਜਾਣੀਆਂ ਅੱਧੀਆਂ ਕੋ ਨਾਲ ਸਿਰੇ ਦੇ ਉੱਤੇ ਟਿਕੀ ਹੋਈਆਂ ਤੇ ਅੱਧੀਆਂ ਕੋ ਪਾਣੀ ਦੇ ਵਿੱਚ ਹਾਲਾਂਕਿ ਦੋ ਘੰਟੇ ਉੱਥੇ ਸ਼ਤੀਰੀਆਂ ਲੱਭਦੇ ਦਿਆਂ ਨੇ ਗੁਆਈਆਂ ਸੀ ਵੀ ਕੋਈ ਲੱਕੜ ਲੱਭ ਪਵੇ ਤੇ ਇੱਕ ਇੱਕ ਬੰਦੇ ਨੂੰ ਲੱਕੜ ਤੇ ਬਿਠਾ ਕੇ ਉਹ ਜਗੀਰ ਸਿੰਘ ਕਹਿੰਦਾ ਭਈ ਮੈਂ ਧੱਕਾ ਲਾ ਕੇ ਤੁਹਾਨੂੰ ਪਾਰ ਲੈ ਚੱਲਾਂਗਾ ਉਹ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਬਸ ਇਹਨਾਂ ਨੇ ਛਤੀਰੀਆਂ ਦੇਖ ਕੇ ਤੇ ਫੇਰ ਆ ਕੇ ਇਹਨਾਂ ਨੂੰ ਆਪਣੇ ਸਾਥੀ ਨੂੰ ਜਗਾ ਕੇ ਉਹਨੂੰ ਜਗੀਰ ਸਿੰਘ ਨੂੰ ਕਹਿੰਦੇ ਭਈ ਜਗੀਰ ਸਿੰਘ ਉੱਠ ਕੋਈ ਉਪਰਾਲਾ ਕਰੀਏ ਉਹ ਕਹਿੰਦਾ ਉਪਰਾਲਾ ਕੀ ਕਰਨਾ ਸੰਤ ਜੀ ਭਈ ਹੁਣ ਦਿਨ ਚੜ੍ਹ ਲੈਣ ਦਿਓ ਕੋਈ ਫੇਰ ਦਿਨ ਚੜ੍ਹੇ ਦੇਖਾਂਗੇ ਭਈ ਕੋਈ ਰਾਹ ਖਹਿੜਾ ਦਿਸਦਾ ਤੇ ਹੁਣ
ਉਹ ਕਹਿੰਦੇ ਭਾਈ ਜੇ ਸ਼ਤੀਰੀ ਕਿਤੇ ਮਿਲ ਜਾਏ ਤਾਂ ਫੇਰ ਤਾਂ ਕੰਮ ਬਣ ਜਾਏਗਾ। ਉਹ ਕਹਿੰਦੇ ਵੀ ਸ਼ਤੀਰੀਆਂ ਇੱਥੇ ਕਿਹਨੇ ਰੱਖੀ ਹੋਈ, ਜੇ ਮਿਲ ਜਾਏ ਤਾਂ ਮੈਂ ਤੁਹਾਨੂੰ ਹੁਣੇ ਅੱਧੇ ਘੰਟੇ ਚ ਕੱਲੇ ਕੱਲੇ ਨੂੰ ਬਿਠਾ ਕੇ ਪਾਰ ਨੰਘਾ ਦਿੰਦਾ। ਉਹ ਕਹਿੰਦੇ ਫੇਰ ਉੱਠ ਤੈਨੂੰ ਦਿਖਾ ਲਾਂ। ਜਦੋਂ ਫੇਰ ਉੱਠੇ ਤਾਂ ਉਸ ਵੇਲੇ ਉਹ ਦੇਖਿਆ ਜਾ ਕੇ ਸ਼ਤੀਰੀਆਂ ਤੇ ਉਹਦੀਆਂ ਬਾਛਾਂ ਖਿਲ ਗਈਆਂ। ਉਹ ਕਹਿੰਦਾ ਸਾਂਧੀ ਚਲੋ ਵੀ ਪਹਿਲਾਂ ਤੁਹਾਨੂੰ ਹੀ ਮੈਂ ਪਾਰ ਨਗਾ ਕੇ ਆਉਣਾ ਤੇ ਨਾ ਇਹ ਤੁਕ ਪੜ੍ਹਦੇ ਆਉਂਦੇ ਹਨ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਾਹੁ ਨਾਨਕ ਗੁਰਮੰਦਿਰ ਗਣਾਇਆ, ਘਰ ਸੁਖ ਵਸਿਆ ਬਾਹਰ ਘਰ ਸੁਖ ਸਿੰਘ ਨੇ ਬਾਕੀਆਂ ਨੂੰ ਵੀ ਵਾਰੀ ਵਾਰੀ ਲਿਆਂਦਾ ਤੇ ਉਸ ਵੇਲੇ ਉਹਨਾਂ ਨੂੰ ਕਹਿੰਦਾ ਉਹ ਗੁਰਮੁਖੋ ਅਸੀਂ ਤਾਂ ਕਾਲ ਦੇ ਮੂੰਹ ਚ ਆਇਓ ਸੀ, ਅਸੀਂ ਤੇ ਮੌਤ ਦੇ ਮੂੰਹ ਚ ਸੀਗੇ, ਤੁਸੀਂ ਪ੍ਰਤੱਖ ਕਰਾਮਾਤ ਦੇਖ ਲਈ ਸਤਿਗੁਰੂ ਪ੍ਰਤਾਪ ਸਿੰਘ ਦੀ, ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਤੇ ਫੇਰ ਔਰ ਕਹਿਣ ਲੱਗਾ ਹੁਣੇ ਪਰਨ ਕਰੋ ਔਰ ਉਹਨਾਂ ਨੂੰ ਭਜਨ ਦੱਸਿਆ ਤੇ ਗਾਉਂਦੇ ਆਉਂਦੇ ਹੁਣ ਆਪਣੇ ਡੇਰੇ ਬਾਬੇ ਨਾਨਕ ਨੂੰ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਸਾਡੇ ਤੇ। ਸਾਜੀ ਨੂੰ ਅਜੀ ਸਾਧ ਸੰਗਤ ਆਪਣੀ ਮਨ ਬਿਰਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਗੱਜ ਗਿਆ ਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ। ਗੁਰਮੁਖੋ ਮੈਂ ਸਤਿਗੁਰੂ ਦਾ ਜਸ ਤੁਹਾਡੇ ਸਾਹਮਣੇ ਕਰਨ ਲੱਗਾ ਹਾਂ, ਕਿਉਂ ਕਿ ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਾ ਰਿਹਾ ਹੈ। ਉਹ ਉਸ ਸੱਚੇ ਪਾਤਸ਼ਾਹ ਤੋਂ ਇਹੀ ਮੰਗ ਮੰਗੀ ਹੈ ਔਰ ਪਤਾ ਨਹੀਂ ਕਿਸ ਵੇਲੇ ਉਹਨੇ ਨੇੜੇ ਹੋ ਕੇ ਸੁਣੀ ਹੈ ਕਿ ਤੇਰਾ ਜਸ ਕਰਦਿਆਂ ਹੀ ਇਹ ਆਯੂ ਬਤੀਤ ਹੋਵੇ, ਹੋਰ ਕਿਸੇ ਚੀਜ਼ ਦਾ ਰਸ ਨਾ ਹੋਵੇ। ਜਿਸ ਤਰ੍ਹਾਂ ਮੈਂ ਅਰਜ਼ ਕਰਦਾ ਸੀ ਕਿ ਸੱਚੇ ਪਾਤਸ਼ਾਹ ਸਤਿਗੁਰੂ ਦੇ ਵਸ ਚਾਰ ਪਦਾਰਥ ਹੁੰਦੇ ਹਨ, ਸਤਿਗੁਰ ਕਹਿ ਵਸ ਚਾਰ ਪਦਾਰਥ, ਤੀਨ ਸਮਾਏ ਏਕ ਕਿਰਤਾਰਥ, ਜਾਂ ਕਬੀਰ ਜੀ ਨੇ ਲਿਖਿਆ ਕਿ ਕਹੁ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਵਾਰ। ਸਤਿਗੁਰੂ ਤੋਂ ਬਗੈਰ ਸੋਝੀ ਨਹੀਂ ਆਉਂਦੀ। ਉਹ ਤੁਸੀਂ ਦੇਖੋ ਰਾਗ ਵਿਦਿਆ ਹੈ, ਬੱਚਿਆਂ ਨੂੰ ਸ਼ੁਰੂ ਕੀਤਾ ਸੀ ਮੁਤਲਾਸ਼ੀ ਜੀ ਨੇ, ਜਿਹਨਾਂ ਬੱਚਿਆਂ ਨੂੰ ਉਂਗਲ ਨਹੀਂ ਸੀ ਧਰਨੀ ਆਉਂਦੀ ਵਾਜੇ ਤੇ, ਉਹ ਸ਼ਬਦ ਪੜ੍ਹਦੇ ਹਨ। ਇਹ ਕਰਦਾ ਸੀ ਕਿ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਸਿੱਖਾਂ ਪਾਸੋਂ ਭਜਨ ਬਾਣੀ ਕਰਾਉਂਦੇ ਜ਼ਿਆਦਾ, ਤੇ ਮਹਾਰਾਜ ਗੁਰਦਿਆਲ ਸਿੰਘ ਜੀ ਬਾਰੰਬਾਰ ਆ ਕੇ ਇਸ ਗੱਲ ਦੀ ਅਰਜ਼ ਕਰਦੇ ਕਿ ਤੁਸੀਂ ਵੀ ਸਾਡੇ ਨਾਲ ਕਾਂਗਰਸ ਵਿੱਚ ਸ਼ਾਮਲ ਹੋਵੋ ਔਰ ਇਸ ਕੰਮ ਨੂੰ ਤੁਸੀਂ ਮੋਹਰੇ ਹੋ ਕੇ ਇਸ ਕੰਮ ਨੂੰ ਅਗਵਾਈ ਕਰੋ। ਤੇ ਸਤਿਗੁਰੂ ਜੀ ਕਹਿਣ ਲੱਗੇ ਭਈ ਅਸੀਂ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਨੇ ਬਖਸ਼ਿਸ਼ ਕਰਕੇ ਲਹਿਰ ਚਲਾਈ ਹੈ ਉਦੋਂ ਬੜੀ ਮਾਰ ਖਾਧੀ ਨਾਮਧਾਰੀਆਂ ਨੇ ਔਰ ਇਸ ਜਵਾਲਾ ਨੂੰ ਇਸ ਆਜ਼ਾਦੀ ਦੀ ਅਗਨ ਨੂੰ ਚਮਕਾਇਆ ਹੈ ਤੇ ਉਹ ਹੁਣ ਸਾਨੂੰ ਹੁਕਮ ਹੈ ਪਿਉਸ ਪ੍ਰੀਤਮ ਦਾ ਸੰਦੇਸ਼ ਜੋ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਭਜਨ ਬਾਣੀ ਕਰੋ ਤੇ ਸਭ ਬਿਪਤਾ ਮਿਟੇਗੀ। ਤੇ ਬਾਬਾ ਬੁੱਢਾ ਸਿੰਘ ਇੱਕ
لاہور دے ضلع دا مکھی پنڈ دا نام ہے. دو پنڈ ہن، ایک چھوٹی مکھی ایک وڈی مکھی. وہ وڈی مکھی جڑی وہ پاکستان چلی گئی تے چھوٹی مکھی اس پاسے سی، تے او بھگوان اتھے دا بابا بڈھا سنگھ بہت سادھو اسچرج تے جیتو دا مورچا لگا انہاں دنوں دے وچ، تے او اتھے جا شامل ہویا. کٹ مار بتھیری کھادی، قید بھی ہویا. او پھر جدو مورچا فتح ہویا، کیوں کہ بھائی چارہ ساڈا چار چفیرے ہو جاندا ہے، ستگرو پرتاپ سنگھ جی نو آ کے کہا کہ تسی جے او اکالیاں نے اس نو گردیال سو جڑا وزیر سی نا نابے والے دا، اینو گردیالو کہندے سی اور کہندے سی پی اے سکھ نہیں، تے ستگراں نو کہندے سی پی تسی کہہ دیو بھائی اے سکھ نہیں تے اسی تھوڑی مدد کردے ہاں. ستگر کہندے پی اسی کسے سکھ نو اس طرح کہن نو تیار نہیں، بھائی ساڈی مدد دی لوڑ نہیں. تے گورنمنٹ نے آ کے کہا بھائی تسی اس گردیال سنگھ نو ستکار کرو اور اے دے نال تسی صلح کر لو، تے اسی بیڑ جڑی ہے او تھوڑے نامے لا دینے ہیں، کیونکہ بیڑ دا ادوں جھگڑا سی کافی، او نامے نہیں سی لگی. تے اے ستگر کہندے بھائی بیڑ رہے چاہے نہ، اسی انگریز دے نال اور انگریز دے پکھی دے نال کدی صلح اور سمجھوتا کرن نو تیار نہیں، کیونکہ ستگراں پاس جس ویلے سن 14 دی لڑائی دے وچ اس ویلے گیا نا ایتھے دا ڈپٹی کمشنر لدھیانے دا، بھائی مہاراج تسی بھی کوئی مدد دیو، تے سارے نے مدد دیتی ہے. ادوں بسرے دی لام سی، تے ستگر جی کہن لگے بھائی تسی یہ شکر کرو بھائی میں تھوڑے خلاف نہیں بولدا، تے تسی میرے تو مدد چاہندے ہو، تسی ستگرو رام سنگھ جی نو جلا وطن کیتا، ساڈے نال کی کچھ نہیں کیتا، او ساڈے زخم کی ہٹ گئے ہن، ساڈی کوئی پشت نہ تھانو معاف کرے گی، اور تسی یہ شکر کرو کہ میں تھوڑے خلاف کوئی پاشن نہیں دیتا، تے میں اپنے بھجن بانیاں لگا ہاں، تے تسی میرے تو مدد دی آس چاہندے ہو. اس طرح ٹھکرایا سی، تے ستگر کہن لگے بھی سانو بیڑ دی نہیں لوڑ، ساڈے نامے لگے یا نہ، او کیونکہ کافی وڈا رقبہ سی تے او اودا جھگڑا سی، او نامے نہیں سی لگی ہوئی، تے دوسرے بھائی چارے نے کم چک دیتا سی بھائی نامے نہیں لگی ہوئی اے کھولو، تے اوپروں حکم اے آیا سی گورنمنٹ دا بھائی جنہ چر بیٹھے بیٹھے انہاں نو ورتے دے رہن دیو، نامے نہ انہاں دے لگے. اس طرح دی انہاں دی چال سی. تے ستگرو بیڑ سمجھا، بیڑ کہندے ہن کوئی بہت سارے وڈے پرگنے نو زمین دے ٹوٹے نو، او جنگلات اوتھے سی، جنگل ہی سی، آباد بہت کٹ سی، تے کافی درخت مینوں پتا کہ اسی اوتھے ہفتہ تسی وڈ دے رہے ککراں جڑیاں کہ لوریاں ٹوندیاں نہیں، او بیڑ دی زمین جڑی او بیڑ ہی اس علاقے دے بولی انسار کہندے سی پہ جڑی 90 مربے دے قریب سی، تے او بیڑ دا رقبہ ستگرو پرتاپ سنگھ جی نو پیٹ کیتا سی مہاراجا رپ دمن سنگھ نے. او دے گھر لڑکا نہیں سی، مائی مہاتما ستگرو رام سنگھ دے ویلے دی سکھ اوتھے رہندی سی، کسے پکھوں اور جڑی مہارانی سی او دے نال پیار سی مائی دا، تے اونوں وکھرا کمرہ پا کے دتا سی تو اوتھے رہندی سی. اس نے اے بھجن دس کے انہاں نوں اس پاسے لایا بھائی تسی اے ستگر دے لڑ لگو تے تھوڑے پتر ہو جائے گا. او پھر لڑ لگے، پتر ہویا، او ستگرو پرتاپ سنگھ دے نام تے ہی او دا نام پرتاپ سنگھ رکھیا، ٹکا پرتاپ سنگھ. اور پہلی جڑی گڈی سی لوری کار رولز رائس، او ستگرو نوں انہاں نے متھا ٹیکی سی 55,000. او ستگرو جی اوتے دورہ کردے سی، او بیڑ دا ذکر میں کر رہے ہاں، تے ستگرو جی کہن لگے بھی سانو نہیں لوڑ، تے اسی سمجھوتا نہیں کرنا. مک دی گل، او بابا بڈھا سنگھ جس ویلے اتھوں چھٹکارا ہویا سارے سریرا سنگھاں دا، تے او بھی آیا ستگراں دے حضور، تے ستگرو نوں کہندے او بھلیا لوکا بھائی تو نام تاری سی بھائی ٹھیک ہے بھائی ساڈے نال، تے او نہ کی گا اس طرح ہر ویلے رکھدے مت بھید، توں کیوں بچ جا کے نہ کی گا کٹ کھادی تے قید ہویا. وہ کہندا سچے پاتشاہ تسی میرے نال ایدن دیاں گلاں نہ کرو، میرے نال تسی رمج دی مجل دی گل کرو بھائی کنہیے ورگی، تے میں تے سارے ہی تھوڑے سمجھنا، میں تے اوتھے تھوڑا تھوڑی سریا رکھن دے واسطے تھوڑے نام رکھن واسطے میں اوتھے گیا سی، بھائی نام تاری بھی بچ آئے ہویا ہے، تے تسی سگو کہندا میرا دھنواد کرو.
ਤੇ ਸਤਿਗੁਰੂ ਜੀ ਨੇ ਬੜੀ ਸ਼ਾਬਾਸ਼ ਦਿੱਤੀ ਔਰ ਕਹਿਣ ਲੱਗੇ ਵੀ ਏਦਾਂ ਦੇ ਸਿੱਖ ਹੋਣੇ ਚਾਹੀਦੇ ਆ ਜਿਹੜੇ ਹਰੇਕ ਥਾਂ ਜਾ ਕੇ ਆਪਣੇ ਗੁਰੂ ਨੂੰ ਉਜਾਗਰ ਕਰਨ ਔਰ ਜਾ ਕੇ ਉੱਥੇ ਮੋਰਚੇ ਮਾਰਨ। ਤੇ ਉਹਦਾ ਪੁੱਤਰ ਸੀ ਊਧਮ ਸਿੰਘ, ਊਧਮ ਸਿੰਘ ਮੱਖੀ ਕਰਕੇ ਉਹਨੂੰ ਕਹਿੰਦੇ ਸੀ। ਇਸ ਊਧਮ ਸਿੰਘ ਨੇ ਇੰਨੀ ਕੈਦ ਕੱਟੀ ਸੀ ਭਾਈ, ਨਾ ਜਵਾਹਰ ਲਾਲ ਨੇ ਇੰਨੀ ਕੈਦ ਕੱਟੀ ਤੇ ਨਾ ਮਹਾਤਮਾ ਗਾਂਧੀ ਨੇ ਕੱਟੀ, ਹੋ ਸਕਦਾ ਕਿਸੇ ਲੀਡਰ ਨੇ ਵੀ ਨਾ ਇੰਨੀ ਕੱਟੀ ਹੋਵੇ। ਮੈਂ ਦੱਸਾਂ ਕਿੰਨੀ, 34 ਸਾਲ ਇਸਨੇ ਕੈਦ ਕੱਟੀ ਸੀ ਸਾਰੀ ਰਲਾ ਕੇ। ਬੱਚਿਆਂ ਨੂੰ ਮੈਂ ਦੱਸ ਦਿੰਦਾ 34 ਉਹਨਾਂ ਨੇ ਇੰਨੇ ਸਾਲ ਕੈਦ ਕੱਟੀ ਤੇ ਉਹ ਸਾਰੀ ਜਮ੍ਹਾਂ ਕਰਕੇ ਜੇਲ੍ਹਾਂ ਵਿੱਚ ਹੀ ਜ਼ਮੀਨ ਸਾਰੀ ਆਪਣੀ ਉਮਰ ਬਤੀਤ ਕਰਤੀ। ਤੇ ਉਹਨਾਂ ਦੇ ਘਰ ਬੱਚਾ ਨਹੀਂ ਸੀ, ਉਹਦੇ ਘਰੋਂ ਬੀਬੀ ਦਾ ਨਾਂ ਸੀ ਕਿਸ਼ਨ ਕੌਰ ਤੇ ਇੱਕ ਉੱਥੇ ਮਸਤਾਨੀ ਸੀ ਉਹਦਾ ਨਾਂ ਵੀ ਕਿਸ਼ਨ ਕੌਰ ਸੀ। ਉਸ ਦੇ ਪਾਸ ਉਹਨੇ ਝੋਰਾ ਕੀਤਾ ਭਈ ਮਾਈ, ਭਈ ਉਮਰ ਵਡੇਰੀ ਹੁੰਦੀ ਜਾਂਦੀ ਆ, ਬੱਚਾ ਕੋਈ ਨਹੀਂ ਤੇ ਘਰ ਵਾਲਾ ਮੇਰਾ ਉਹ ਕਾਂਗਰਸੀਆਂ ਨਾਲ ਰਲਿਆ ਆ, ਉਹ ਤੀਏ ਦੇ ਨਾਂ ਕੀ ਰਹਿੰਦਾ ਹੀ ਜੇਲ੍ਹ ਦੇ ਵਿੱਚ ਆ, ਤੇ ਮਾੜੀ ਮੋਟੀ ਜਿਹੜੀ ਜ਼ਮੀਨ ਆ ਉਹ ਵੀ ਸਰੀਕਾ ਨੇ ਹੁਣੇ ਸਾਂਭ ਲੈਣੀ ਆ, ਭਈ ਕੋਈ ਉਪਾਅ। ਉਹ ਕਹਿਣ ਲੱਗੀ ਵੀ ਭਲੀਏ ਲੋਕੇ, ਤੁਸੀਂ ਗੁਰੂ ਕੇ ਸਿੱਖ ਹੋ, ਦੁਆ ਦਾਰੂ ਕਰਨਾ ਯੋਗ ਹੈ, ਭਈ ਕਿਤੇ ਹੋਰ ਪਾਸੇ ਨਾ ਤੁਰ ਪਈ, ਜਿਸ ਪਾਸੇ ਬੀਬੀਆਂ ਤੁਰ ਪੈਂਦੀਆਂ ਟੂਣੇ ਜਾਦੂ ਦਾ ਹੋਰ ਕਈ ਕੰਮ ਕਰਨ ਵਾਸਤੇ, ਤੇ ਸਤਿਗੁਰ ਤੇ ਭਰੋਸਾ ਰੱਖ ਤੇ ਤੇਰੇ ਬੱਚਾ ਹੋਏਗਾ, ਮੈਂ ਵੀ ਅਰਜ਼ ਕਰਾਂਗੀ। ਤੇ ਸਤਿਗੁਰ ਜੀ ਨੇ ਬਲਟੋਹੇ ਦਰਸ਼ਨ ਦਿੱਤੇ, ਬਲਟੋਹਿਓ ਦਰਸ਼ਨ ਦਿੰਦੇ ਹੀ ਇਹਦੇ ਨਾਲ ਬੜਾ ਪ੍ਰੇਮ ਸੀ ਬਾਬੇ ਬੁੱਢਾ ਸਿੰਘਾਂ ਤੌਰ ਊਧਮ ਸਿੰਘ ਮੱਖੀ ਨਾਲ ਸੀ, ਇਹ ਨਾਮ ਧਾਰੀ ਪੂਰਾ ਔਰ ਕਾਂਗਰਸੀਆਂ ਚ ਮੋਹਰੇ ਹੋ ਕੇ ਰਹਿੰਦਾ ਸੀ ਔਰ ਬਹੁਤ ਸਿਰ ਧਰ ਦੀ ਬਾਜੀ ਲਾ ਰੱਖਦਾ ਸੀ। ਤੇ ਉੱਥੇ ਸੱਚੇ ਪਾਤਸ਼ਾਹ ਆਏ ਬੈਠੇ, ਪਲੰਗ ਵਿਛਾਇਆ ਤੇ ਅਰਜ਼ ਹੋਈ, ਉਹ ਖੜੀ ਹੋ ਗਈ ਬੀਬੀ ਕਿਸ਼ਨ ਕੌਰ ਤੇ ਉਹ ਮਸਤਾਨੀ ਵੀ ਖੜੀ ਹੋ ਗਈ ਨਾਲ, ਕਹਿੰਦੀ ਭਈ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ। ਹਾਂ ਮੈਂ ਵਿਸਰ ਗਿਆ, ਸੱਚੇ ਪਾਤਸ਼ਾਹ ਜੇ ਬੈਠੇ ਨਹੀਂ, ਅਜੇ ਘੋੜੇ ਦੇ ਉੱਤੇ ਆਏ ਹਨ, ਘੋੜੇ ਤੇ ਹੀ ਖੜੇ ਹਨ ਤੇ ਘੋੜਾ ਸਤਿਗੁਰਾਂ ਦੇ ਹੇਠਾਂ ਸਬਜਾ ਕਾਣਾ, ਉਹਨੂੰ ਉਹ ਘੋੜਾ ਏਡਾ ਤਕੜਾ ਸੀ ਵੀ ਇਹਨੂੰ 2-3 ਸਰੀਰ ਫੜਦੇ ਸੀ ਤੇ ਸਤਿਗੁਰ ਜੀ ਨੂੰ ਉਹ ਕਿਸੇ ਨੇ ਟੇਕਿਆ ਸੀ ਮੱਥਾ ਪ੍ਰੀਖਿਆ ਲੈਣ ਵਾਸਤੇ ਕਿਸੇ ਸਾਧ ਨੇ, ਭਈ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਤਾਂ ਸਰਦਾ ਤੁਹਾਡੇ ਤੇ, ਨਾ ਉਹਨੇ ਦੇਖਿਆ ਭਈ ਨਾ ਸਰਦਾ ਪੂਰੀ ਉਹ ਗੁਰੂ ਘਰ ਨੂੰ ਘੋੜਾ ਚਲੇ ਜਾਓ, ਨਾ ਮੈਂ ਦੇਖ ਲਉ ਭਈ ਨਾ ਕਹੇਗਾ ਕਿੰਨੀ ਸ਼ਕਤੀ ਵਾਲਾ ਭਈ ਚੜ੍ਹ ਵੀ ਸਕਦੇ। ਤੇ ਸਤਿਗੁਰਾਂ ਨੇ ਵੀ ਕਿਹਾ, ਕਹਿੰਦੇ ਸੰਤ ਜੀ ਭਈ ਤੁਸੀਂ ਪ੍ਰੀਖਿਆ ਹੀ ਲਈ, ਸਤਿਗੁਰਾਂ ਨੇ ਉਸੇ ਵੇਲੇ ਘੋੜੇ ਤੇ ਸਵਾਰੀ ਕੀਤੀ। ਉਹ ਦੱਸਦੇ ਅੱਧਾ ਪੌਣਾ ਘੰਟਾ ਉਹ ਨਾਚ ਹੀ ਕਰਦਾ ਰਿਹਾ, ਉਹਨੇ ਦੋ ਖੋਰੀ ਪਿਛਲੇ ਰੱਖੇ, ਪੋਲੇ ਦੋਨੋਂ ਖੁਰ ਚੁੱਕੀ ਰੱਖੇ ਤੇ ਸਤਿਗੁਰਾਂ ਜੀ ਨੇ ਐਸਾ ਉਹਦਾ ਨਾਂ ਕੀ ਉਹ ਕੜਿਆਲਾ ਖਿੱਚਿਆ ਨਾ ਲਗਾਮ, ਉਹ ਥੱਲੇ ਨੀ ਪੈਰ ਉਹਦੇ ਪੈਣ ਦਿੱਤਾ ਔਰ ਉਹਨੂੰ ਐਨ ਸਿੱਧਾ ਕਰਕੇ ਦੁੜਾਇਆ ਫਿਰ ਸਾਰਿਆਂ ਦੇ ਸਾਹਮਣੇ। ਸੋ ਉਸ ਘੋੜੇ ਤੇ ਸੱਚੇ ਪਾਤਸ਼ਾਹ ਸਵਾਰ ਹਨ ਤੇ ਇਹ ਅਰਜ਼ ਹੋਈ ਤੇ ਸਤਿਗੁਰ ਜੀ ਕਹਿਣ ਲੱਗੇ ਭਈ ਭਲੀਏ ਲੋਕੇ, ਇਹ ਤਾਂ ਸਤਿਗੁਰਾਂ ਦੇ ਵੱਸ ਹੈ ਅਕਾਲ ਪੁਰਖ ਦੇ ਭਈ ਜੋ ਲੇਖ ਚ ਹੁੰਦਾ ਉਹ ਮਿਲ ਜਾਂਦਾ। ਤੇ ਉਹ ਮਸਤਾਨੀ ਫਿਰ ਅੱਗੇ ਹੋ ਗਈ, ਉਹ ਕਹਿੰਦੀ ਭਈ ਗੱਦੀ ਤੇ ਉਹ ਹੀ ਆ ਤੇ ਗੁਰੂ ਹਰਗੋਬਿੰਦ ਜੀ ਨੇ ਨਾ ਕੀ ਮਾਈ ਨੂੰ ਨਾ ਕੀ ਦੇ ਦਿੱਤੇ ਸੀਗੇ ਸੁਲੱਖਣੀ ਨੂੰ 7 ਪੁੱਤ, ਭਈ ਤੁਸੀਂ ਬਖਸ਼ਿਸ਼ ਕਰਕੇ ਇੱਕ ਹੀ ਦੇ ਦਿਓ ਤੇ ਗੱਦੀ ਤੇ ਉਹ ਹੀ ਆ, ਉੱਥੇ ਵੀ ਤੁਸੀਂ ਲਿਖਣ ਵਾਲੇ ਸੀ, ਇੱਥੇ ਦੀ ਤੁਸੀਂ ਕਿਰਪਾ ਕਰਨ ਵਾਲੇ। ਤੇ ਸਤਿਗੁਰ 2 ਮਿੰਟ ਚੁੱਪ ਕਰਕੇ ਨਾ ਤੇ ਫਿਰ ਕਹਿਣ ਲੱਗੇ ਭਈ ਬੀਬੀ ਟੁੰਬਾਂ ਲਾ ਦੇ ਸਾਰੀਆਂ, ਇਹ ਤਾਂ ਸਾਧਾਂ ਨੂੰ ਛਕਾ ਦੇ ਤੇ ਸੋਧ ਰੱਖ ਲੈ, 2.5 ਮਾਲਾ ਭਜਨ ਦੀਆਂ ਤੇ 1 ਮਾਲਾ ਭਗਵਤੀ ਦੀ ਰੋਜ਼, ਫਿਰ ਸਤਿਗੁਰ ਕਿਰਪਾ ਕਰੇਗਾ, ਸਿਦਕ ਰੱਖ। ਬਖਸ਼ਿਸ਼ ਹੋਈ, ਸਾਲ ਤੋਂ ਬਾਅਦ ਉਹਨਾਂ ਦੇ ਲੜਕਾ ਹੋਇਆ, ਉਹਦਾ ਨਾਂ ਉਹਨਾਂ ਨੇ ਜਿਸ ਤਰ੍ਹਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਨਾ, ਗੁਰਬਖਸ਼ ਸਿੰਘ ਰੱਖਿਆ, ਗੁਰਬਖਸ਼ ਸਿੰਘ ਰੱਖਿਆ। ਤੇ ਸਤਿਗੁਰਾਂ ਦੀ ਐਸੀ ਬਖਸ਼ਿਸ਼ ਹੋਈ, 2 ਸਾਲ ਫਿਰ ਲੜਕਾ ਹੋਇਆ, ਉਹਦਾ ਨਾਂ ਉਹਨਾਂ ਨੇ ਗੁਰਤਾਰ ਸਿੰਘ ਰੱਖਿਆ। ਫਿਰ 3ਰਾ ਲੜਕਾ ਹੋਇਆ, ਉਸਦਾ ਨਾਂ ਗੁਰਦਿਆਲ ਸਿੰਘ ਰੱਖਿਆ। ਫਿਰ 4ਵਾਂ ਲੜਕਾ ਹੋਇਆ, ਉਹਦਾ ਨਾਂ ਗੁਰਮੁਖ ਸਿੰਘ ਰੱਖਿਆ, ਮੋਹਰੇ ਨਾਂ ਦੇ ਗੁਰੂ ਹੀ ਰੱਖਿਆ। 4 ਲੜਕੇ ਹੋਏ ਔਰ ਉਹ ਊਧਮ ਸਿੰਘ ਜੇਲ੍ਹ 'ਚ ਹੀ ਰਹਿੰਦਾ ਤੇ ਉਹਦੀ ਦੱਸਦੇ ਵੀ ਜ਼ਮੀਨ ਥੋੜ੍ਹੀ ਬਹੁਤੀ ਸਰੀਕਾ ਨੇ ਸਾਂਭ ਲਈ ਤੇ ਘਰ ਆਏ ਨਾਲ ਝੋਰਾ ਕੀਤਾ ਘਰਵਾਲੀ ਨੇ ਵੀ ਬੱਚੇ ਨਿਆਣੇ ਆ, ਵੀ ਤੂੰ ਬਾਹਰ ਰਹਿੰਦਾ, ਜ਼ਮੀਨ ਤੇ ਸਾਡੇ ਜੀਂਦਿਆਂ ਜੀ ਨੇ ਨਾ ਕੀ ਸੰਭਾਲੀ ਜਾਂਦੇ, ਬੱਚੇ ਕੀ ਖਾਣਗੇ। ਤੇ ਉਹ ਕਹਿੰਦਾ ਵੀ ਮੈਂ ਤੇ ਇਸ ਝੇੜੇ 'ਚ ਪੈਣਾ ਨਹੀਂ, ਮੈਨੂੰ ਸਤਿਗੁਰੂ ਨੇ ਜਿਹੜੀ ਸੇਵਾ ਲਾਈ ਆ ਤੇ ਜੇ ਤਾਂ ਮੇਰਾ ਸਿਦਕ ਪੱਕਾ ਹੈ, ਮੈਂ ਸੱਚਮੁੱਚ ਹੀ ਦੇਸ਼ ਸੇਵਾ ਦੇ ਵਾਸਤੇ ਆਪਣਾ ਆਪ ਅਰਪਣ ਕੀਤਾ ਹੈ ਤੇ ਮੇਰੀ ਅਕਾਲ ਪੁਰਖ ਆਪੇ ਨਾ ਕੀ ਸਹਾਇਤਾ ਕਰੇਗਾ, ਮੈਂ ਇਹ ਝੇੜਿਆ ਚ ਨਹੀਂ ਪੈਣਾ, ਸਾਂਭਦੇ ਤਾਂ ਸਾਂਭ ਜਾਣ। ਇੰਨੀ ਗੱਲ ਕਹਿ ਕੇ ਉਹ ਚਲਾ ਗਿਆ। ਅੱਛਾ, ਫਿਰ ਉਹ ਇੱਕ ਦਿਨ ਸੁੱਤੇ ਪਏ ਰਾਤ ਨੂੰ, ਜਿਹਨਾਂ ਨੇ ਜ਼ਮੀਨ ਸੰਭਾਲੀ ਸੀ ਤੇ ਉਹਨਾਂ ਦੇ ਢੀਮਾਂ ਲੱਗ ਪਈਆਂ ਪੈਣ, ਉਹ ਉੱਠ ਕੇ ਦੇਖਣ ਕੋਈ ਬੰਦਾ ਨਾ ਦਿਸੇ, ਰੋਜ਼ ਰਾਤ ਜਦ ਰਾਤ ਨੂੰ ਸੌਣ ਰੋਜ਼ ਢੀਮਾਂ ਪੱਥਰ ਪੈਣ ਤੇ ਲੱਭੇ ਬੰਦਾ ਕੋਈ ਨਾ, ਲੱਭੇ ਪਹਿਰੇ ਪੂਰੇ ਵੀ ਬੜੇ ਲਾਏ। ਅਖੀਰ ਉਹ ਕਿਸੇ ਸਿਆਣੇ ਨੇ ਕਿਹਾ, ਉਹ ਢੀਮਾਂ ਖਬਰੇ ਕਿੱਥੋਂ ਕਹਿੰਦੇ ਪੈਂਦੀਆਂ, ਤੁਸੀਂ ਉਹ ਬੇਚਾਰਾ ਸਾਧ ਹੈ, ਇੱਕ ਤਾਂ ਗੁਰੂ ਕਾ ਸਿੱਖ ਆ, ਦੂਸਰਾ ਉਹ ਦੇਸ਼ ਭਗਤ ਆ,
ਦੇਸ਼ ਦੇ ਵਾਸਤੇ ਕੁਰਬਾਨੀ ਕਰਦਾ, ਤੁਸੀਂ ਉਹਦੇ ਬੱਚਿਆਂ ਦੀ ਜ਼ਮੀਨ ਸੰਭਾਲ ਲਈ ਆ ਤੇ ਤੁਸੀਂ ਉਹ ਤੋਂ ਮਾਫ਼ੀ ਮੰਗੋ ਤਾਂ ਹੀ ਹਟਣਾ। ਉਹ ਕੁਦਰਤੀ ਪਿੰਡ ਆਇਆ ਤੇ ਉਹ ਤੋਂ ਉਹਨਾਂ ਨੇ ਮਾਫ਼ੀ ਮੰਗੀ ਤੇ ਨਾ ਇਹ ਉਹਨਾਂ ਨੂੰ ਕਹਿਣ ਲੱਗੇ ਭਈ ਤੁਸੀਂ ਨਾ ਕਿਸੇਗਾ ਸਾਨੂੰ ਖਿਮਾ ਕਰੋ, ਇਹ ਅਸੀਂ ਤੁਹਾਡੀ ਜ਼ਮੀਨ ਵਾਪਸ ਕਰਨੇ, ਸਾਡੇ ਤੇ ਤਰਸ ਕਰੋ, ਇਹ ਤਾਂ ਰੋਜ਼ ਸਾਡੇ ਪੱਥਰ ਪੈਂਦੇ ਆ। ਤੇ ਉਹ ਫਿਰ ਮਸਤ ਹੋਇਆ, ਕਹਿੰਦਾ ਭਈ ਇਹ ਤਾਂ ਉਹ ਮੇਰੇ ਮਨਮੋਹਨ ਮੇਰਾ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਦੀ ਸਾਰੀ ਕਿਰਪਾ। ਫਿਰ ਲੋਕਾਂ ਦੇਖਿਆ ਵੀ ਇਹ ਰਹਿੰਦਾ ਬਾਹਰ ਹੈ ਤੇ ਸਤਿਗੁਰਾਂ ਦੀ ਬਖਸ਼ਿਸ਼ ਨਾਲ ਇੱਕ ਤਾਂ ਦੇਸ਼ ਸੇਵਾ ਕਰਦਾ, ਇੱਕ ਉਹ ਸਤਿਗੁਰਾਂ ਦਾ ਸੇਵਕ ਹੈ, ਭਜਨ ਮਾਣੀ ਕਰਦਾ, ਦ੍ਰਿੜ ਨਿਸ਼ਚੇ ਵਾਲਾ, ਤੇ ਉਹਦੀ ਫਸਲ ਬੜੀ ਹੁੰਦੀ ਹੈ ਤੇ ਉਹ ਕਾਮੇ ਰੱਖਿਓ ਹਨ ਤੇ ਕਾਫੀ ਲੋਕਾਂ ਨੂੰ ਸ਼ੱਕ ਪਈ ਇਹਦੇ ਪਾ ਧਨ ਸੰਪਦਾ ਤੇ ਚੋਰਾਂ ਨੇ ਚੋਰੀ ਕਰਨੀ ਚਾਹੀ। ਉਹ ਰੋਜ਼ ਆਉਂਦੇ ਰਾਤ ਨੂੰ ਤਾੜ ਕੇ ਤੇ ਫੇਰ ਮੁੜ ਜਾਂਦੇ। ਉਹ ਕਰੀਬਨ ਦੋ ਹਫ਼ਤੇ ਇਸ ਤਰ੍ਹਾਂ 15 ਦਿਨ ਉਹ ਚੋਰ ਆਉਂਦੇ ਰਹਿ ਤੇ ਉਹ ਮੁੜ ਜਾਣ ਤੇ ਤਦ ਨੂੰ ਇਹ ਊਧਮ ਸਿੰਘ ਆਇਆ ਤੇ ਇਹਨੂੰ ਇਹਦੇ ਚਰਨਾਂ ਤੇ ਢਹਿ ਕੇ ਕਹਿੰਦੇ ਉਹ ਭਲਿਆ ਲੋਕਾ, ਅਸੀਂ ਸਾਰਾ ਮੁਲਕ ਲੁੱਟ ਕੇ ਖਾ ਲਿਆ ਤੇਰੇ ਘਰ, ਜਦੋਂ ਅਸੀਂ ਸਨ ਲਾਉਣ ਆਉਂਦੇ ਨਾ ਤੇ ਸਾਨੂੰ ਅੱਗੇ ਘੋੜੇ ਤੇ ਚੜਿਆ ਕੋਈ ਸਵਾਰ ਦਿਸਦਾ ਤੇ ਅਸੀਂ ਫੇਰ ਮੁੜ ਜਾਂਦੇ ਹਾਂ, ਇਹ ਕੀ ਕਾਰਨ? ਉਹ ਕਹਿੰਦਾ ਵੀ ਇਹ ਸਤਿਗੁਰ ਦੀਆਂ ਸਤਿਗੁਰ ਜਾਣੇ, ਮੈਨੂੰ ਨੀ ਪਤਾ, ਜਿਹੜਾ ਘੋੜੇ ਤੇ ਚੜ ਕੇ ਆਉਂਦਾ ਉਹਨੂੰ ਤੁਸੀਂ ਲੱਭੋ ਜਾ ਕੇ, ਮੈਂ ਤੇ ਸਭ ਕੁਛ ਉਹਦੇ ਅਰਪਣ ਕੀਤਾ ਆ ਤੇ ਮੈਨੂੰ ਨਹੀਂ ਕੋਈ ਲੋੜ। ਉਹ ਕਹਿੰਦੇ ਵੀ ਸਾਨੂੰ ਕਿਰਪਾ ਕਰਕੇ ਸਾਨੂੰ ਸਤਿਗੁਰਾਂ ਦੀ ਸ਼ਰਨ ਚੱਲ ਚੱਲੋ। ਮੁੱਕਦੀ ਗੱਲ, ਉਹ ਲਿਆਇਆ ਭੈਣੀ ਸਾਹਿਬ ਉਹਨਾਂ ਨੂੰ, ਭੈਣੀ ਸਾਹਿਬ ਉਹ ਆਏ, ਉਹਨਾਂ ਚੋਰਾਂ ਨੇ ਆ ਕੇ ਸਤਿਗੁਰੂ ਪ੍ਰਤਾਪ ਸਿੰਘ ਦੀ ਹਜ਼ੂਰੀ 'ਚ ਉਹਨਾਂ ਨੇ ਆ ਕੇ ਵਰਤਾਂਤ ਸੁਣਾਇਆ ਵੀ ਅਸੀਂ 15 ਦਿਨ ਇਹਦੇ ਘਰ ਚੋਰੀ ਸਨ ਲਾਉਣ ਵਾਸਤੇ ਆਉਂਦੇ ਰਹੇ ਆ ਤੇ ਸਾਨੂੰ ਘੋੜੇ ਤੇ ਚੜਿਆ ਸਵਾਰ ਦਿਸਦਾ, ਅਸੀਂ ਪਛਾਣ ਨਹੀਂ ਸਕੇ, ਅਸੀਂ ਦੂਰੋਂ ਹੀ ਘੋੜ ਸਵਾਰ ਦੇਖ ਕੇ, ਚਿੱਟੇ ਘੋੜੇ ਤੇ ਕੋਈ ਚੜਿਆ ਦੇਖ ਕੇ ਤਾਂ ਅਸੀਂ ਉੱਥੋਂ ਹੀ ਮੁੜ ਜਾਂਦੇ ਰਹੇ ਹਾਂ ਤੇ ਇਹ ਸਾਨੂੰ ਕਿਰਪਾ ਕਰੋ, ਸਾਡੇ ਗੁਨਾਹ ਬਖਸ਼ੋ। ਸਤਿਗੁਰ ਕਹਿਣ ਲੱਗੇ ਭਲਿਓ ਲੋਕੋ, ਭਜਨ ਪੁੱਛੋ ਤੇ ਗਾਂ ਵਾਸਤੇ ਤੁਸੀਂ ਕੰਨਾਂ ਨੂੰ ਹੱਥ ਲਾਓ ਵੀ ਇਹ ਕਰਮ ਛੱਡੋ ਤੇ ਸਤਿਗੁਰ ਦਾ ਆਸਰਾ ਲੈ ਕੇ ਕੋਈ ਕਿਰਤ ਕਰੋ। ਤੇ ਉਹ ਹੁਣ ਉਹਨਾਂ ਦਾ ਸੁਧਾਰ ਹੋ ਗਿਆ, ਉਹ ਚੋਰ ਜਿਹੜੇ ਉਹ ਸਾਧ ਬਣ ਗਏ ਤੇ ਉਹ ਭਾਈ ਊਧਮ ਸਿੰਘ ਆਪਣੇ ਪਿੰਡ ਨੂੰ ਇਹੋ ਹੀ ਤੁੱਕ ਗਾਉਂਦਾ ਆਉਂਦਾ ਵੀ ਸਾਰੀ ਕਰਾਮਾਤ ਮੇਰੇ ਉਸ ਮਨਮੋਹਨ ਮੇਰੇ ਗੁਰਮੁਖੋ। ਉਸ ਸਤਿਗੁਰ ਦੀ ਮਹਿਮਾ ਅਪਰ ਅਪਾਰ, ਜਿਸ ਦੇ ਘਰ 10 ਸਾਲ ਆਨੰਦ ਹੋਏ ਨੂੰ ਹੋਇਆ ਸੀ ਤੇ ਇੱਕ ਪੁੱਤਰ ਨਹੀਂ ਸੀ ਹੋਇਆ, ਇੱਕ ਪੁੱਤਰ ਨੂੰ ਤਰਸਦੇ ਸਨ, ਉਸ ਦੇ ਘਰ 4 ਪੁੱਤਰ ਹਨ ਤੇ ਉਹ ਇਸ ਵੇਲੇ ਮਰਗਿੰਦਪੁਰ ਰਹਿੰਦੇ ਹਨ। ਉਹ ਛੋਟੀ ਮੱਖੀ ਜਿਹੜਾ ਪਿੰਡ ਦਾ ਨਾਮ ਹੈ ਦੱਸਿਆ ਸੀ, ਉਹਦਾ ਨਾਮ ਮਰਗਿੰਦਪੁਰ ਰੱਖਿਆ ਸਿੱਖਾਂ ਨੇ। ਕਿਸ ਕਰਕੇ? ਉਹ ਇੱਕ ਮਿੰਟ 'ਚ ਵਾਰਤਾ ਸੁਣਾਉਣਾ। ਜਦੋਂ ਜੈਤੋ ਕੇ ਸਿੰਘ ਜਾਂਦੇ ਸੀ ਨਾ, ਮੋਰਚਾ ਲੱਗਾ ਸੀ, ਜਥੇ ਜਾਂਦੇ ਸੀ ਤੇ ਗੌਰਮੈਂਟ ਵੱਲੋਂ ਹੁਕਮ ਸੀ ਵੀ ਇਹਨਾਂ ਨੂੰ ਕੋਈ ਰੋਟੀ ਪਾਣੀ ਨਾ ਦੇਵੇ, ਇਹਨਾਂ ਜਥੇ ਵਾਲਿਆਂ ਨੂੰ ਕੋਈ ਨਾ ਠਹਿਰਨ ਦੇਵੇ।
जेड़े छोटी मखी दे सीगे ना केगा सिंह इन्होंने कहा भी असी ते भावां सानू जो मर्जी डन लगे असी ते सेवा करांगे साधां दी और आया नू उन्हां नू प्रसादा भी छकावांगे। इत्थे फिर जदों किते उन्हां नू सराम नहीं सी मिलदा रस्ते जथियां नू इत्थे आके प्रसादे छकदे ओह कहिंदे इह मखी नहीं इस पिंड दा ना इहदा मरगिंदपुर आ। उस दिन तो उसका नाम मरगिंदपुर होया और उत्थे उह संत ऊधम सिंह जी अपने चौहां पुत्रां दे नाल हुण उत्थे निवास करदे हन जिन्हां ने 34 साल जेल कटी। मेरा कहण दा भाव कि असी जिहड़े कई लीडर जिन्हां बेचारियां ने 2 साल भी जेल नहीं कटी हुंदी ना मार लिख लिख के चमका दिंदे ते कई बेचारे सारी उम्र जेलां जी पै सड़ जांदे आ उहनां नूं किसे ने लिखिया नहीं। यह भारत माता नूं जिहड़ी आजादी मिली यह उहनां सिर रख जोधियां दी कृपा नाल मिली। इन्हां शब्दां नाल खिमा मंगना। सत श्री अकाल।